ਅੱਜ ਅਸੀਂ ਰਾਜਪ੍ਰੀਤ ਜੋ ਮੈਡਮ ਐਸ ਡੀ ਐਮ ਫਤਿਹਗੜ੍ਹ ਸਾਹਿਬ ਪੂਜਾ ਸ਼ਾਮ ਦੇ ਨਾਲ ਐਮ ਐਲ ਏ ਨਾਗਰਾ ਸਾਹਿਬ ਨੇ ਜੋ ਉਹਨਾਂ ਨਾਲ ਮਦਦ ਸਲੀਕੀ ਕੀਤੀ ਹੈ ਅਤੇ ਉਸਦੇ ਬਜਾਏ ਉਹ ਆਪ ਹੀ ਉਹਨਾਂ ਦੇ ਪੁਤਲੇ ਸਾੜ ਰਹੇ ਹੈ। ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀਂ ਉਸਦੇ ਵਿਰੋਧ 'ਚ ਇੱਥੇ ਅੱਜ ਰਾਜਪ੍ਰੀਤ ਉਹਨਾਂ ਦਾ ਪੁਤਲਾ ਸਾੜ ਰਹੇ ਹਾਂ, ਕਿਉਂਕਿ ਆਪਾਂ ਨੂੰ ਆਪਣੀਆਂ ਧੀਆਂ ਭੈਣਾਂ ਐਸ ਡੀ ਐਮ ਦੇ ਹੋਣ ਦੇ ਨਾਤੇ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਹਨਾਂ ਦੇ ਪੁਤਲੇ ਸਾੜਨੇ ਚਾਹੀਦੇ ਹੈ। ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ, ਉਹਨਾਂ ਨੂੰ ਰਿਸਪੈਕਟਫੁਲੀ ਉਹਨਾਂ ਤੋਂ ਮਾਫ਼ੀ ਮੰਗੀ ਜਾਏ, ਅਗਲੇ ਨੂੰ ਇਹ ਪੁਤਲੇ ਸਾੜਨੇ ਬੰਦ ਕੀਤੇ ਜਾਣ ਤਾਂ ਜੋ ਸ੍ਰੀ ਰਾਜਪੁਰਾ ਅਤੇ ਹੋਰ ਇਲਾਕੇ ਸ਼ਾਂਤੀ ਸਾਰੀ ਰਹਿ ਸਕਣ, ਕਿਉਂਕਿ ਪੁਤਲੇ ਸਾੜਨੇ ਜੋ ਸਰਕਾਰ ਹੈ ਉਹਦੇ ਵਿੱਚ ਜੋ ਅਫਸਰ ਸਾਹਿਬਾਨ ਹੈ ਉਹਨਾਂ ਦੀਆਂ ਨੀਤੀਆਂ ਦੇ ਮੁਤਾਬਕ ਚੱਲ ਰਹੇ ਹੈ। ਜੇ ਉਹਨਾਂ ਦੇ ਨਾਲ ਬਦਸਲੂਕੀ ਹੁੰਦੀ ਹੈ ਤਾਂ ਸਾਰੀ ਜਨਤਾ ਨਾਲ ਬਦਸਲੂਕੀ ਹੈ। ਇੰਨਾ ਹੀ ਕਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ। ਰਾਹੁਲ ਗਾਂਧੀ ਦਾ ਚਮਚਾ ਸੁਰਜੀਤ ਨਾਗਰਾ ਐਮ ਐਲ ਏ ਫਤਿਹਗੜ੍ਹ ਸਾਹਿਬ ਜਿਸ ਨੇ ਕਿ ਬਹੁਤ ਹੀ ਇਸਤਰੀ ਜਾਤੀ ਨਾਲ ਘਿਨੌਣੀ ਹਰਕਤ ਕੀਤੀ ਹੈ ਉਸਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਸਦੇ ਰੋਸ ਵਜੋਂ ਅੱਜ ਰਾਜਪੁਰਾ ਸ਼ਹਿਰ ਵਿੱਚ ਵੀ ਸਾਰਿਆਂ ਨੇ ਰਲ ਕੇ ਸੁਰਜੀਤ ਨਾਗਰੀ ਦਾ ਪੁਤਲਾ ਫੂਕਿਆ ਅਤੇ ਇਸ ਤਰ੍ਹਾਂ ਜੇ ਉਹ ਮਾਫ਼ੀ ਨਹੀਂ ਮੰਗੇਗਾ ਐਸ ਡੀ ਐਮ ਸਾਹਿਬ ਤੋਂ ਤਾਂ ਇਹ ਜਿਹੜਾ ਰੋਸ ਹੈ ਲੋਕਾਂ ਦੇ ਵਿੱਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਾਡੀ ਇਹੀ ਉਸਨੂੰ ਸਲਾਹ ਹੈ ਕਿ ਉਹ ਜਲਦੀ ਤੋਂ ਜਲਦੀ ਮਾਫ਼ੀ ਮੰਗੇ ਅਤੇ ਇਸਤਰੀ ਜਾਤੀ ਦਾ ਜਾਤੀ ਦੀ ਮਾਨ ਕਰਨਾ ਬੰਦ ਕਰੇ। ਇਹੀ ਸਾਡੀ ਸਲਾਹ ਇੰਨਾ ਕਹਿੰਦਾ ਹੋਇਆ ਜਲਦੀ।